ਇੱਕ ਉਗਰਦੰਤੀ ਦਾ ਅਰਥ ਕਰਿਓ, ਉਗਰਦੰਤੀ ਕਿਸ ਨੂੰ ਕਹਿੰਦੇ ਨੇ? ਜਿਹਦਾ ਦੰਦ ਧਿਆਨ ਕੋਲ ਜਿਹਦੇ ਦੰਦ ਭਿਆਨਕ ਹੋਣ, ਤੇ ਉਗਰਦੰਤੀ ਚੰਡੀ ਨੂੰ ਕਿਹਾ ਹੈ? ਮਹਾਂਕਾਲ ਨੂੰ ਕਿਹਾ, ਮਹਾਂਕਾਲ ਨੂੰ, ਸਵਾ ਕਾਲ ਕੇ ਅੰਤ ਦਾਲਾ ਟਲੇ ਹੋ। ਠੀਕ ਹੈ। ਇੱਥੇ ਦਾਣਾ ਦਾ ਮਤਲਬ ਕੀ ਹੈ? ਦੰਦ ਭਿਆਨਕ ਹੋਣ ਦਾ ਅਰਥ ਕੀ ਹੁੰਦਾ ਇੱਥੇ? ਦੰਦ ਭਿਆਨ ਕੋਲ ਦਾ ਅਰਥ ਹੈ ਵੀ ਜਿਹੜਾ ਕਾਲ ਹੈ, ਹਾਂਜੀ, ਕਾਲ ਦੇ ਬਸ ਹੈ ਸਭ ਕੁਛ, ਸਭ ਕੁਛ ਕਾਲੇ ਬਸ ਹੈ। ਠੀਕ ਹੈ। ਜਿਵੇਂ ਚੱਬਦੇ ਦਾ ਕੋਈ ਚੀਜ਼ ਚੱਬਦੀ ਦੀ, ਤੋੜੀ ਦੀ ਹੈ, ਭੱਜ ਕੇ ਘੜੀ ਦੀ ਹੈ, ਹਾਂਜੀ, ਝੂਠ ਨੂੰ ਚੱਬ ਦਿੰਦੀ ਹੈ। ਠੀਕ ਹੈ। ਤੇ ਉਗਰਦੰਤੀ ਜੋ ਹੈ ਇਹ ਫੈਮੀਨਾਈਨ ਟਰਮ ਹੈ ਨਾ, ਇਸਤਰੀ ਲਿੰਗ ਸ਼ਬਦ ਹੈ। ਆਹੋ, ਮਹਾਕਾਲ ਕਾਲਕਾ ਦਾ ਨਾਮ ਉਗਰਦੰਤੀ ਹੈ। ਕਾਲਕਾ ਦਾ ਨਾਂ ਉਗਰਦੰਤੀ ਹੈ। ਠੀਕ ਹੈ। ਇਹਦੇ ਬਹੁਤ ਸਾਰੇ ਨਾਮ ਰੱਖੇ ਹੋਏ ਸੀ। ਨਹੀਂ ਪਰ ਫਿਰ ਚੰਡੀ ਦਾ ਨਹੀਂ ਹੋ ਸਕਦਾ, ਇਹਦਾ ਅਰਥ ਚੰਡੀ ਦਾ ਨਹੀਂ ਹੋ ਸਕਦਾ। ਯਾਰ ਉਹਦੇ ਰੂਪ ਦੇ ਚੰਡੀ ਕਿਉਂ ਨਹੀਂ ਹੋ ਸਕਦਾ? ਜਿਵੇਂ ਕੇਸੋ, ਕੇਸੋ ਹੈ ਉਹਦੇ, ਜਿਹੜੇ ਹੋਰ ਨਾਂ ਨੇ ਕੇਸੋ ਦੇ, ਦਮੋਦਰ, ਦਮੋਦਰ, ਹਾਂਜੀ, ਗੋਪਾਲ, ਇਹ ਵੀ ਤਾਂ ਉਹਦੇ ਹੀ ਰੋਦੇ, ਬਿਲਕੁਲ ਨੇ, ਬਿਲਕੁਲ ਨੇ। ਠੀਕ ਹੈ ਐਵੇਂ ਹੀ ਨਾਂ ਦੇ ਬਸ। ਠੀਕ ਹੈ। ਉਗਰਦੰਤੀ ਯਾਨੀ ਭਿਆਨਕ ਦੰਦਾਂ ਵਾਲੀ, ਹਾਂ ਯਾਨੀ ਹੁਕਮ ਦੇ ਦੰਦ ਭਿਆਨਕ ਨੇ। ਇਹਦੇ ਅੰਦਰ ਅਸੀਂ ਹੁਕਮ ਦੀ ਦੂਜੀ ਸਾਈਡ ਦੱਸਣੀ ਹੈ, ਜਿਹਦੇ ਅੰਦਰ ਹੁਕਮ ਸਾਰਿਆਂ ਨੂੰ ਮਾਰਦਾ, ਉਹ ਵਾਲਾ ਪੱਖ ਇਹਦੇ ਅੰਦਰ ਇੰਕਲੂਡ ਹੈ। ਇਹ ਹੈਗੀ ਹੈ ਉਗਰਦੰਤੀ ਹੈ, ਪਾਪ ਖਾ ਜਾਂਦੀ ਹੈ, ਚੱਬ ਜਾਂਦੀ ਹੈ, ਝੂਠ ਨੂੰ ਚੱਬ ਜਾਂਦੀ ਹੈ, ਜਿਹੜਾ ਸੰਤਾਂ ਨੂੰ ਉਵਾਰ ਲੈਂਦੀ ਹੈ, ਦੈਂਤਾਂ ਦਾ ਸੰਹਾਰ ਕਰਦੀ ਹੈ, ਮਲੇਛਾਂ ਦਾ ਨਾਸ ਕਰਦੀ ਹੈ, ਕਬੁੱਧ ਦਾ, ਕਬੁੱਧ ਦਾ ਨਾਸ, ਕਬੁੱਧ ਚਵਾਏ ਸੋ ਕਿਤ ਛਾਏ, ਚੱਬਣਾ ਕਬੁੱਧ ਨੂੰ ਚੱਬਣਾ, ਸਰੀਰ ਨੂੰ ਨੀ ਚੱਬਣਾ, ਕਿਸੇ ਨੂੰ, ਠੀਕ ਹੈ, ਵਿਕਾਰਾਂ ਨੂੰ ਚੱਬ ਦੇਣਾ, ਸਿੱਧ ਕਹਿ ਰਹੇ ਨੇ ਸਿੱਧ ਗੋਸ਼ ਵਿੱਚ, ਕਬੁੱਧ ਚਵਾਏ ਸੋ ਕਿਤ ਛਾਏ, ਠੀਕ ਹੈ, ਕਬੁੱਧ ਨੂੰ ਉਧਰੇ ਚੱਬ ਦਿੰਦੀ ਹੈ। ਠੀਕ ਹੈ ਜੀ। ਤੇ ਇਹ ਜਿਹੜਾ ਹੈ ਉਗਰਦੰਤੀ, ਇਹ ਸੀਨੇ ਪਸੀਨੇ ਚੱਲੀ ਜਾਂਦੀ ਹੈ ਬਾਣੀ, ਇਹ ਮਤਲਬ ਗੁਰੂ ਭਾਈ ਜਦੋਂ ਭਿਆਨਕ ਨਕਸ਼ਾ ਕਰਕੇ ਹੁੰਦਾ ਨਾ, ਜਿਤੇ ਔਲੀਆ ਉਬੀਆ ਗੌਂ ਸੋਏ ਹਨ, ਸਵਾ ਕਾਲ ਕੇ ਅੰਤ ਦਾੜੇ ਤਲੇ ਹਨ, ਦਾੜੇ ਤਲੇ ਹੈ, ਹਾਂਜੀ, ਬਿਲਕੁਲ। ਉਗਰ ਰੂਪ ਦੇ ਵਿੱਚ ਜਿਹੜੀ ਕਥਾ ਸੁਣਾਈ ਹੈ ਡਰਾਉਣ ਵਾਸਤੇ, ਇਹ ਉਗਰਦੰਤੀ, ਉਦੋਂ ਇਹਦਾ ਰੂਪ ਉਗਰਦੰਤੀ ਹੈ, ਡਰਾਉਣ ਵਾਸਤੇ ਵੀ ਪਾਪ ਛੱਡ ਦੋ, ਰਿਹਾ ਹਾਲ ਹੋਊ। ਜਿਵੇਂ ਪੁਲਿਸ ਵਾਲੇ ਡਰਾਉਂਦੇ ਵੀ ਨੇ, ਧਮਕਾਉਂਦੇ ਵੀ ਨੇ, ਪੜੋਸਦੇ ਵੀ ਨੇ। ਤੇ ਇਹ ਬਾਣੀ ਜਿਹੜੀ ਹੈ, ਇਹੀ ਸਿੰਘਾਂ ਨੂੰ ਪੜਾਈ ਜਾਂਦੀ ਸੀ ਜੇ ਕੋਈ ਜਿਵੇਂ ਵੀਕ ਹੁੰਦਾ ਸੀ ਬੰਦਾ, ਹਾਂ, ਤੇ ਉਦੋਂ ਉਗਰਦੰਤੀ ਪੜਾਉਂਦੇ ਸੀਗੇ। ਤੇ ਜਾਂਦੇ ਲੋਕ ਜਿਹੜੇ ਗੱਲਾਂ ਕਰਦੇ ਨੇ ਸਾਹਮਣੇ ਵਾਲੇ ਆਦਮੀ ਪਰਿਵਾਰ ਵਾਲੀ ਜਿਹੜੀ ਵੀ ਯਾਦ ਗੱਲ ਹੈ, ਇਹਨਾਂ ਦੇ ਕੋਲ ਪੱਕਾ ਗੁਰਦਾ ਨਹੀਂ ਪੜ ਸਕਦੇ ਜਿਹੜੇ ਗੱਲਾਂ ਕਰਦੇ ਨੇ। ਹਾਂ, ਇਹ ਗੱਲ ਤਾਂ ਬਿਲਕੁਲ ਸਹੀ ਹੈ। ਵੱਡੇ ਤੇ ਗੱਲਾਂ ਸਿੱਖੀ ਦੀਆਂ ਨੇ, ਤਾਂ ਸਿੱਖੀ ਦਾ ਆਸ਼ਰਮ ਵੱਡੇ ਨੇ ਫੈਦਰ, ਕਿਹਦਾ ਘਰ ਬਹੁਤ ਦੂਰ ਹੈ, ਇਹਦਾ ਗੱਲਾਂ ਦੇ ਦੇਖੋ, ਇੱਕ ਮੁਰਗਾ ਮਰ ਜਾਏ ਨਾ ਤਾਂ ਹੋ ਜਾਂਦਾ ਵੀ ਇਹ ਬੱਕਰਾ ਵੱਢ ਕੇ ਦਿਖਾ ਦੇਣ, ਕੋਈ ਗੱਲ ਨੀ। ਹਾਂ,